ਹਾਂਜੀ ਦੋਸਤੋ, ਵੇਖੋ ਇਹ ਨਵਾਂ ਵਿਆਹ ਜੋੜਾ ਇਹ ਵੀਰ ਅਮਰਜੋਤ ਸਿੰਘ ਜੀ ਆਪਣੀ ਦੁਲਹਨ ਨੂੰ ਲੈ ਕੇ ਜਗਰਾਉਣ ਤੋਂ ਆਏ ਨੇ ਤਾਂ ਵਾਪਸ ਨਵੇਂ ਸ਼ਹਿਰ ਜਾ ਰਹੇ ਨੇ ਔਰ ਟਿਕਟ ਕਟਾ ਰਹੇ ਨੇ ਪਬਲਿਕ ਬੱਸ ਦੇ ਵਿੱਚ ਹੀ ਨੇ। ਇਹਨਾਂ ਨਾਲ 20 ਬਰਾਤੀ ਆਏ ਹੋਏ ਨੇ ਔਰ ਉਹ 5 ਬਰਾਤੀ ਅੱਗੇ ਗਏ ਸੀ ਜਿਸ ਤਰ੍ਹਾਂ ਦੱਸਿਆ ਵਾ, ਔਰ 20 ਬਰਾਤੀ ਨੂੰ ਵਾਪਸੀ ਦੁਲਹਨ ਨੂੰ ਲੈ ਕੇ ਵਾਪਸ ਜਾ ਰਹੇ ਨੇ। ਔਰ ਵੇਖੋ ਸਰਕਾਰੀ ਬੱਸ ਆ, ਸਰਕਾਰੀ ਬੱਸ ਦੇ ਵਿੱਚ ਹੀ ਟਿਕਟ ਲੈ ਕੇ ਬੈਠੇ ਹੋਏ ਨੇ। ਕੋਈ ਸਪੈਸ਼ਲ ਕਾਰ ਨਹੀਂ, ਕੋਈ ਸਪੈਸ਼ਲ ਬੱਸ ਨਹੀਂ ਕੀਤੀ ਇਹਨਾਂ ਨੇ, ਬਿਲਕੁਲ ਹੀ ਬਹੁਤ ਹੀ ਸਾਦੇ ਤਰੀਕੇ ਨਾਲ ਵਿਆਹ ਕੀਤਾ ਔਰ ਬਹੁਤ ਹੀ ਜ਼ਿਆਦਾ ਸੋਹਣਾ ਮੈਸੇਜ ਦਿੱਤਾ ਹੈ ਸਮਾਜ ਨੂੰ ਕਿ ਇਸ ਤਰ੍ਹਾਂ ਅਸੀਂ ਕਰਜ਼ੇ ਤੋਂ ਬਚ ਸਕਦੇ ਹਾਂ। ਨਹੀਂ ਤਾਂ ਜਿਸ ਤਰ੍ਹਾਂ ਹੀ ਜਾਣਦੇ ਹਾਂ ਕਿ ਵਿਆਹ ਤੋਂ ਪਹਿਲਾਂ ਕਿਸ ਤਰ੍ਹਾਂ ਮਾਸੀਆਂ ਪੁੱਪੀਆਂ ਚਾਚੀਆਂ ਕੋਲੋਂ 10-10, 20-20 ਹਜ਼ਾਰ ਕਰਜ਼ਾ ਬੈਂਕਾਂ ਤੋਂ ਵਾੜਦੀਆਂ ਤੋਂ ਚੁੱਕ ਕੇ ਸਿਰ ਚੜ੍ਹਾ ਲੈਂਦੇ ਹਾਂ ਅਤੇ ਬਾਅਦ ਵਿੱਚ ਲਹਿੰਦਾ ਨਹੀਂ ਆ। ਇਹ ਬਹੁਤ ਦੁੱਖਦਾਇਕ ਘਟਨਾਵਾਂ ਵਾਪਰਦੀਆਂ ਵਾ ਔਰ ਇਹ ਵੀਰ ਨੇ ਬਹੁਤ ਤਗੜਾ ਔਰ ਬਹੁਤ ਹੀ ਵਧੀਆ ਕਦਮ ਚੁੱਕ ਕੇ ਸਮਾਜ ਨੂੰ ਮੈਸੇਜ ਦਿੱਤਾ ਵਾ ਕਿ ਅੱਗੇ ਤੋਂ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ, ਕਿਉਂਕਿ ਇਹ ਵੀਰ ਨੇ ਕਰਕੇ ਵਿਖਾਇਆ ਵਾ ਇਹ ਸਭ ਕੁਝ। ਔਰ ਵੇਖੋ ਉਹ ਸਾਰੇ ਜਿਸ ਤਰ੍ਹਾਂ ਆਪਾਂ ਵੇਖ ਰਹੇ ਹਾਂ, ਨਾਲ ਜੋ ਗ੍ਰੈਫੀ ਆਏ ਹੋਏ ਨੇ, ਨਾਲ ਉਹਨਾਂ ਨੇ ਫੋਟੋ ਵੀ ਹੱਥ 'ਚ ਫੜੇ ਨੇ ਜੋ ਸਮਾਜ ਨੂੰ ਸੇਧ ਦੇਣ ਵਾਸਤੇ, ਪਤਾ ਲੱਗੇ ਕਿ ਹਾਂ ਵੀ ਇਸ ਤਰ੍ਹਾਂ ਵੀ ਕਦਮ ਚੁੱਕ ਕੇ ਅਸੀਂ ਹੋਰ ਇਹਨਾਂ ਅੱਜ ਛੁੱਟੇ ਕਰਜ਼ੇ ਕਹਿੰਦੇ ਵੀ ਸਾਡੀ ਨੱਕ ਰਹਿ ਜੇ, ਸਾਡੇ ਟੌਰ ਬਣ ਜੇ ਸਮਾਜ ਵਿੱਚ, ਇਹ ਚੱਕਰ ਜੀ ਕਈ ਪਰਿਵਾਰ ਉੱਠ ਜਾਂਦੇ, ਸਿਰ 'ਤੇ ਕਰਜ਼ਾ ਚੜ੍ਹਾ ਲੈਂਦੇ ਆ। ਬਾਕੀ ਇਸ ਵੀਰ ਨੇ ਬਹੁਤ ਵਧੀਆ ਕਦਮ ਚੁੱਕਿਆ ਹੈ ਔਰ ਇਹ ਨਹੀਂ ਹੈ ਕਿ ਵੀਰ ਕੋਲ ਖਰਚਾ ਨਹੀਂ ਹੈਗਾ, ਇਹ ਭੈਣ ਜੀ ਕਨੇਡਾ ਤੋਂ ਆ, ਵੀਰ ਜੀ ਕੁਵੈਤ ਤੋਂ ਆ, ਬਹੁਤ ਰਿਚ ਫੈਮਿਲੀ ਤੋਂ ਬਿਲੋਂਗ ਕਰਦੇ ਆ, ਪਰ ਇਹਨਾਂ ਨੇ ਅਸਲੀ ਜਿਹੜੀ ਮਨ ਦੀ ਅਮੀਰੀ ਉਹ ਵਿਖਾਈ ਆ ਕਿ ਨਹੀਂ ਇੱਕ ਇਹ ਕੰਮ ਜਿਹੜੇ ਇੱਕ ਸਾਦੇ ਤਰੀਕੇ ਨਾਲ ਵੀ ਕੀਤੇ ਜਾ ਸਕਦੇ ਆ, ਇਹ ਕੋਈ ਝੂਠੀਆਂ ਸ਼ੋਹਰਤਾਂ ਨਹੀਂ ਆ ਇਹ ਬਿਲਕੁਲ। ਔਰ ਇਹਦੇ ਵਿੱਚ ਇਹ ਵੀ ਵੇਖਿਆ ਜਾਓ ਕਿ ਦੇਖੋ ਬੱਸ ਦੇ ਵਿੱਚ ਸਾਰੇ ਲੋਕ ਬਹਿ ਗਏ ਔਰ ਇਹ ਜਿਹੜਾ ਵੀਰ ਨੇ ਕਦਮ ਚੁੱਕਿਆ ਹੈ ਬਹੁਤ ਹੀ ਸ਼ਲਾਘਾ ਯੋਗ ਆ ਔਰ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਅੱਗੇ ਤੋਂ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਚੱਲੀਏ, ਬਗੈਰ ਦਾਜ ਤੋਂ, ਬਗੈਰ ਕਿਸੇ ਖਰਚੇ ਤੋਂ, ਇਸ ਤਰ੍ਹਾਂ ਨੋਰਮਲ ਤਰੀਕੇ ਦੇ ਨਾਲ ਵਿਆਹ ਕਰੀਏ ਔਰ ਇਸ ਤਰ੍ਹਾਂ ਹੀ ਅੱਗੇ ਵਧਿਆ ਜਾ ਸਕਦਾ ਹੈ।